ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਨੀ ਹੈ ਗੱਲ ਹਰਿਆਣੇ ਦੀ ਵੀ ਕਰਨੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਘਪਲਾ ਸਾਹਮਣੇ ਆਇਆ 16 ਸਾਲ ਬਾਅਦ ਕੇਸ ਖੁੱਲਿਆ ਤੇ ਕਰੋੜਾਂ ਰੁਪਏ ਦਾ ਘਪਲਾ ਦੇਖਾਂਗੇ ਕਿ ਕੀ ਪੂਰੀ ਖਬਰ ਹੈ ਗੱਲਬਾਤ ਜਲੰਧਰ ਜ਼ਿਮਨੀ ਚੋਣ ਦੀ ਵੀ ਕਰਨੀ ਹੈ ਕਿਉਂਕਿ ਨਿਗਾਹਾਂ ਸਾਰਿਆਂ ਦੀ ਟਿਕੀਆਂ ਹੋਈਆਂ ਨੇ ਕਿਹੜੀ ਸਿਆਸੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਪਰ ਦੋਸ਼ ਲਗਾਉਣ ਦਾ ਜਿਹੜਾ ਲਗਾਤਾਰ ਸਿਲਸਿਲਾ ਚੱਲਦਾ ਪਿਆ ਜ਼ਿਕਰ ਉਹਦਾ ਵੀ ਕਰਾਂਗੇ ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਜੁਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨ ਸਾਹਿਬ ਹਰਿਆਣੇ ਤੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਐਕਸਪ੍ਰੈਸ ਦੇ ਵੜਨਾ ਸੀ ਤੇ ਉਸ ਮਾਮਲੇ ਵਿੱਚ ਜ਼ਮੀਨ ਜਿਹੜੀ ਸੀ ਉਹਦਾ ਮੁਆਵਜ਼ਾ ਵੀ ਮਿਲਣਾ ਸੀ ਕਹਿੰਦੇ ਆ ਕਿ ਕਰੋੜਾ ਰੁਪਏ ਦਾ ਘਪਲਾ ਹੋਇਆ ਤੇ 16 ਸਾਲ ਬਾਅਦ ਕੇਸ ਖੁੱਲਿਆ ਕੀ ਪੰਨੂ ਸਾਹਿਬ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਹੋ ਸਕਦੇ ਆ ਜੀ ਨਵਜੀਤ ਜੀ ਹਮੇਸ਼ਾ ਸਵਾਲ ਤੁਸੀਂ ਆਪਣੀ ਮਰਜ਼ੀ ਦੇ ਪਹਿਲਾਂ ਕਰਦੇ ਹੋ ਮੈਂ ਅੱਜ ਉਚਿਤ ਤੌਰ ਤੇ ਤੁਹਾਨੂੰ ਪਹਿਲਾਂ ਰਿਕੁਐਸਟ ਕਰਤੀ ਸੀ ਕਿ ਇਹੋ ਸਵਾਲ ਲੈਣਾ ਜੀ ਕਿਉਂਕਿ ਇਹ ਸਵਾਲ ਦਾ ਸਬੰਧ ਸਾਡੇ ਪੰਜਾਬੀਆਂ ਨਾਲ ਇੱਥੇ ਵਸਦੇ ਨਾਲ ਵੀ ਹੈ ਤੇ ਜਿਹੜੇ ਵਿਦੇਸ਼ਾਂ 'ਚ ਵਸਦੇ ਉਹਨਾਂ ਨਾਲ ਵੀ ਹੈ ਮਾਮਲਾ ਉੱਥੇ ਜਿਹੜਾ ਨਿਕਲਿਆ ਉਹਦੇ ਕਈ ਪੱਖ ਨੇ ਪਹਿਲੀ ਗੱਲ ਤਾਂ ਇਹ ਕਿ ਐਕਸਪ੍ਰੈਸ ਵੇ ਬਣਨਾ ਸੀ ਪਤਾ ਲੱਗਾ ਇਹ ਚ ਰਸਤੇ ਚ ਸਰਕਾਰੀ ਜ਼ਮੀਨ ਆਉਂਦੀ ਆ ਕੁਝ ਕਿਸੇ ਦੀ مشترਕਾ ਖਾਤਾ ਸਾਂਝੀ ਮਾਲਕੀ ਜਿਹੜੀ ਆ ਉਹ ਆਉਂਦੀ ਆ ਉਹਦੇ ਕਾਗਜ਼ਾਂ ਚ ਮਾਲਕ ਬਣ ਗਏ ਉਹਨਾਂ ਨੇ ਮੁਆਵਜ਼ਾ ਲੈ ਲਿਆ ਮੁਆਵਜ਼ਾ ਲੈਣ ਦਾ ਤਰੀਕਾ ਕੀ ਵਰਤਿਆ ਕਿ ਰਿਕਾਰਡ ਚ ਉਹਨਾਂ ਦੇ ਨਾਂ ਨਹੀਂ ਸੀ ਉਹਨਾਂ ਨੇ ਅਦਾਲਤ ਵਿੱਚ ਇੱਕ ਅਰਜੀ ਦੇ ਦਿੱਤੀ ਕਿ ਜ਼ਮੀਨ ਦੇ ਜੱਦੀ ਪੁਸ਼ਤੀ ਮਾਲਕ ਅਸੀਂ ਆ ਅਦਾਲਤ ਨੇ ਮਾਰਕ ਕਰ ਦਿੱਤਾ ਡਿਪਟੀ ਕਮਿਸ਼ਨਰ ਨੂੰ ਡਿਪਟੀ ਕਮਿਸ਼ਨਰ ਨੇ ਐਸਟੀਐਮ ਨੂੰ ਐਸਟੀਐਮ ਨੇ ਤਹਿਸੀਲਦਾਰ ਨੂੰ ਤਹਿਸੀਲਦਾਰ ਨੇ ਪਟਵਾਰੀ ਤੋਂ ਰਿਪੋਰਟ ਮੰਗ ਲਈ ਪਟਵਾਰੀ ਤੇ ਤਹਿਸੀਲਦਾਰ ਦੋਵੇਂ ਰਲੇ ਸੀ ਉਹਨਾਂ ਨੇ ਦੋ ਰਿਪੋਰਟਾਂ ਬਣਾਈਆਂ ਇੱਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇਣੇ ਸੀ ਦੂਸਰੀ ਫੋਟੋ ਸ਼ੀਟ ਕਰਾ ਕੇ ਉਹਦੇ ਵਿੱਚ ਥੋੜੇ ਜਿਹੇ ਵਾਦੇ ਘਾਟੇ ਕਰਕੇ ਹੱਥ ਨਾਲ ਤੇ ਉਹ ਅਟੈਚ ਕਰਵਾ ਕੇ ਡਿਪਟੀ ਕਮਿਸ਼ਨਰ ਤੌਰ ਤੇ ਅੱਗੇ ਅਦਾਲਤ ਵਿੱਚ ਭੇਜ ਦਿੱਤੀ ਉਹਦੇ ਚ ਲਿਖਿਆ ਜੀ ਇਹ ਬੰਦੇ ਬਿਲਕੁਲ ਠੀਕ ਕਹਿੰਦੇ। ਉਸ ਸਰਕਾਰੀ ਜ਼ਮੀਨ ਤੇ مشترਕਾ ਖਾਤੇ ਦੀ ਜ਼ਮੀਨ ਦੇ ਮਾਲਕ ਉਹਨਾਂ ਨੇ ਬਣਾ ਕੇ 14 ਕਰੋੜ ਰੁਪਏ ਤੋਂ ਵੱਧ ਮੁਆਵਜ਼ਾ ਦਿਵਾਤਾ। ਬਾਅਦ ਵਿੱਚ ਕਿਸੇ ਤਰੀਕੇ ਕਿਸੇ ਨੂੰ ਪਤਾ ਲੱਗ ਗਿਆ ਉਹਨੇ ਸ਼ਿਕਾਇਤ ਕਰਤੀ। ਬਣਦਿਆਂ ਬਣਦਿਆਂ ਗੱਲ ਕੇਸ ਬਣਦਿਆਂ ਤੱਕ 16 ਸਾਲ ਲੱਗ ਗਏ। ਹੁਣ ਉਹਨਾਂ ਦੇ ਖਿਲਾਫ ਕੇਸ ਬਣਦਾ ਪਿਆ ਵਿੱਚੋਂ ਕੁਝ ਬੰਦੇ ਲੱਭਦੇ ਨਹੀਂ। ਇਹਦੇ ਨਾਲ ਜੁੜਦਾ ਦੂਸਰਾ ਮਾਮਲਾ ਮੈਂ ਕਿ ਦੱਸਣਾ ਚਾਹੁੰਦਾ। ਉਏ ਇੱਕ ਥੋੜੇ ਦਿਨ ਪਹਿਲਾਂ ਮੈਂ ਇੱਕ ਰਿਟਾਇਰਡ ਪੁਲਿਸ ਅਫਸਰ ਦੀ ਵੀਡੀਓ ਸੁਣੀ ਉਹਨੇ ਆਖਿਆ ਜੀ ਮੈਂ ਜਦੋਂ ਗੁੜਗਾਓਂ ਚ ਆ ਕੇ ਲੱਗਾ ਤੇ ਮੇਰੇ ਸਾਹਮਣੇ ਇਹੋ ਜਿਹੇ ਕੇਸ ਆਏ ਕਿ ਜ਼ਮੀਨਾਂ ਤੇ ਜਾਇਦਾਦਾਂ ਤੇ ਮਕਾਨ ਮਾਲਕੀ ਕਿਸੇ ਦੀ ਹੈ ਤੇ ਅਦਾਲਤਾਂ ਦੇ ਹੁਕਮ ਕੋਈ ਹੋਰ ਲਈ ਫਟਾ ਕੇ ਇਹ ਮਾਲਕ ਨੇ ਇੱਕਦਾਂਗ ਜੀ ਕਹਿੰਦਾ ਫਿਰ ਮੈਨੂੰ ਪਤਾ ਲੱਗਾ ਕਿ ਉਹ ਲੋਕ ਗੈਂਗ ਨੇ ਪਹਿਲਾਂ ਵਿਖਦੇ ਆ ਕਿ ਫੁਲਾਨੀ ਕੋਠੀ ਖਾਲੀ ਹੈ ਜਾਂ ਫੁਲਾਨਾ ਖੇਤ ਖਾਲੀ ਫੁਲਾਨੀ ਜ਼ਮੀਨ ਖਾਲੀ ਹੈ ਫਿਰ ਆਪੋਚ ਬੈਠ ਕੇ ਸਲਾਹ ਕਰਦੇ ਆ ਇੱਕ ਜਣਾ ਜਾ ਕੇ ਅਦਾਲਤ ਵਿੱਚ ਬਿਆਨ ਦਿੰਦਾ ਅਰਜੀ ਦਿੰਦਾ ਕਿ ਮੈਂ ਗਿਆਨ ਚੰਦਾਂ ਮੇਰੀ ਕੋਠੀ ਦੇ ਉੱਤੇ ਤਿਲਕ ਰਾਜ ਨੇ ਨਜਾਇਜ਼ ਕਬਜ਼ਾ ਕੀਤਾ ਤੇ ਛੜਦਾ ਨਹੀਂ ਹੂੰ ਉਹਦੇ ਤੋਂ ਕਬਜ਼ਾ ਖਾਲੀ ਕਰਵਾਉਣ ਦਾ ਅਦਾਲਤ ਵੱਲੋਂ ਹੁਕਮ ਜਾਰੀ ਕੀਤਾ ਜਾਵੇ ਅਦਾਲਤੋਂ ਨੂੰ ਨੋਟਿਸ ਭੇਜ ਦਿੰਦੀ ਹੈ। ਅਦਾਲਤ ਦੇ ਪਿਆਦੇ ਨਾਲ ਮਿਲ ਕੇ ਉਹ ਨੋਟਿਸ ਬਾਹਰ ਦਾ ਬਾਹਰ ਹੀ ਲੈ ਲੈਂਦੇ ਆ। ਮਿੱਥੀ ਤਰੀਕ ਤੇ ਉਹ ਬੰਦਾ ਜਾ ਕੇ ਤਿਲਕਰਾਜ ਪੇਸ਼ ਹੋ ਜਾਂਦਾ ਅਦਾਲਤੋਂ ਨੂੰ ਪੁੱਛਦੀ ਆ। ਤੂੰ ਉਸ ਕੋਠੀ 'ਚ ਰਹਿਣਾ ਕਿਉਂ ਰਹਿਨੇ? ਕਿਉਂ ਰਹਿਣਾ? ਕਹਿੰਦੀ ਕੋਠੀ ਮੇਰੀ ਹੈ। ਉਹ ਕਹਿੰਦਾ ਤੇਰੇ ਕੋਲ ਕੋਈ ਕਾਗਜ਼ ਹੈ? ਕਾਗਜ਼ ਤੇ ਕੋਈ ਨਹੀਂ ਜੀ। ਉਹ ਕਹਿੰਦਾ ਠੀਕ ਆ ਜੇ ਕਾਗਜ਼ ਕੋਈ ਨਹੀਂ ਨਾ ਤੈਨੂੰ ਹੁਕਮ ਦਿੱਤਾ ਜਾਂਦਾ ਕੋਠੀ ਖਾਲੀ ਕਰ ਦੇ। ਐਨੇ ਦਿਨਾਂ ਦੇ ਅੰਦਰ ਖਾਲੀ ਕਰ ਦੇ। ਉਹ ਕਹਿੰਦੇ ਜੀ ਤੁਹਾਡਾ ਹੁਕਮ ਕਰ ਦਿੰਦਾ ਮੰਨ ਕੇ ਆ ਜਾਂਦਾ ਉਹਦੇ ਤੇ ਅਦਾਲਤ ਆਰਡਰ ਕਰ ਦਿੰਦੀ ਆ ਕਿ ਗਿਆਨ ਚੰਦ ਨੂੰ ਕੋਠੀ ਖਾਲੀ ਕਰਕੇ ਦੇ ਦੇਵੇ ਤਿਲਕ ਰਾਜ ਗਿਆਨ ਚੰਦ ਅਦਾਲਤੀ ਹੁਕਮ ਲੈ ਕੇ ਤੇ ਜਾ ਕੇ ਉਸ ਕੋਠੀ 'ਚ ਬਹਿ ਜਾਂਦਾ ਦੋ ਤਿੰਨ ਸਾਲਾਂ ਬਾਅਦ ਬਾਹਰੋਂ ਆਉਂਦੇ ਆ ਕੋਠੀ ਦੇ ਮਾਲਕ ਜਾਂ ਕਿਤੇ ਮੁੰਬਈ ਮ드ਰਾਸ ਚੇਨਈ ਕਿਤੇ ਰਹਿੰਦੇ ਨੇ ਉੱਥੋਂ ਆਉਂਦੇ ਆ ਉਹ ਆ ਕੇ ਵੇਖਦੇ ਕੋਠੀ 'ਚ ਕੋਈ ਹੋਰ ਬੈਠਾ ਉਹ ਕਹਿੰਦੇ ਕੋਠੀ ਤੁਸੀਂ ਕਿੱਦਾਂ ਬੈਠੇ ਕਦੀ ਕੋਠੀ ਸਾਡੀ ਆ ਸਾਡੀ ਮਾਲਕੀ ਹੈ ਇਹਤੋਂ ਰੋਕੀ ਮਾਲਕੀ ਦਾ ਸਬੂਤ ਕੋਠੀ ਦੀ ਸਾਡੀ ਆ ਉਹ ਕੰਨੀ ਜੀ ਆਪੇ ਖੋ ਅਦਾਲਤ ਦਾ ਹੁਕਮ ਹੈ ਅਸਲ ਵਿੱਚ ਮਾਲਕ ਕੋਈ ਹੋਰ ਹੈ ਉਹਦਾ ਨਾਮ ਭਾਵੇਂ ਹੰਸਰਾ ਹੋਵੇ ਭਾਵੇਂ ਨਥੁਰਾਮ ਹੋਵੇ ਇੱਕ ਝਾਲੀ ਤਿਲਕਰਾਜ ਖੜਾ ਕਰਕੇ ਵੀ ਇਹ ਕੋਠੀ ਤੇ ਕਬਜ਼ਾ ਕਰੀ ਬੈਠਾ ਉਹਦੇ ਖਿਲਾਫ ਗਿਆਨ ਚੰਦ ਝਾਲੀ ਮਾਲਕ ਅਦਾਲਤ ਤੋਂ ਆਰਡਰ ਲਿਆਉਂਦਾ ਉਹ ਕਹਿੰਦਾ ਸੀ ਉਹ ਕੋਠੀ ਨਹੀਂ ਸੀ ਖਾਲੀ ਕਰਾ ਸਕਦੇ ਕਿਉਂਕਿ ਅਦਾਲਤ ਦਾ ਆਰਡਰ ਸੀ ਫਿਰ ਵੇਖਿਆ ਕਿ ਗੁਰਗਾਓਂ ਨੌਇਡਾ ਦਿੱਲੀ ਫਰੀਦাবাদ ਇਹਨਾਂ ਥਾਵਾਂ ਤੇ ਹੋਜੇ ਕਈ ਕਬਜ਼ੇ ਸੀ ਕਹਿੰਦਾ ਅਸੀਂ ਫਰ ਅਫਸਰਾਂ ਨੇ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਤੇ ਜਿੰਨੇ ਕੇਸ ਆਏ ਉਹਨਾਂ ਚ ਪੁਰਾਣਾ ਰਿਕਾਰਡ ਲੱਭ ਕੇ ਆਖਿਆ ਜੀ ਇਹ ਫਰਾਡ ਹੋ ਰਿਹਾ ਤੇ ਗੈਂਗ ਕਰਦੇ ਆ ਇਹ ਬੰਦੇ ਜਿਹਦੇ ਖਿਲਾਫ ਆਰਡਰ ਹੈ ਉਹ ਵੀ ਤੇ ਜਿਹੜਾ ਆਰਡਰ ਲੈ ਰਿਹਾ ਉਹ ਵੀ ਇਹ ਝਾਲੀ ਆਰਡਰ ਅਦਾਲਤਾਂ ਚੋਂ ਝੂਠ ਬੋਲ ਕੇ ਲੈਂਦੇ ਆ ਤੇ ਇਸ ਤਰ੍ਹਾਂ ਕਰਦੇ ਪਏ ਕਹਿੰਦੇ ਕੁਝ ਲੋਕਾਂ ਦੀਆਂ ਕੋਠੀਆਂ ਅਸੀਂ ਖਾਲੀ ਕਰਾਤੀਆਂ ਪਰ ਸਾਡੀ ਵੀ ਇੱਕ ਹੱਦ ਹੈ ਅਸੀਂ ਉਸ ਤੋਂ ਵੱਧ ਨਹੀਂ ਖਾਲੀ ਕਰਾ ਸਕਦੇ ਇਹੋ ਜਿਹੇ ਸੈਂਕੜੇ ਕੇਸ ਸਾਡੇ ਉੱਥੇ ਹੋਏ। ਹੁਣ ਮੈਂ ਸਾਰੀ ਗੱਲ ਕਿਉਂ ਦੱਸੀ ਆ? ਸਾਡੇ ਪੰਜਾਬ ਵਿੱਚ ਵੀ ਇਹੋ ਜਿਹੇ 10-12 ਕੇਸ ਹੋ ਚੁੱਕੇ ਆ। ਉਹਨਾਂ ਉੱਤੇ ਕਬਜ਼ੇ ਕੀਤੇ ਗਏ, ਕਰਵਾਏ ਗਏ। ਅ 8-9 ਸਾਲ ਪਹਿਲਾਂ ਦੀ ਗੱਲ ਹੈ। ਜਲੰਧਰ ਦੇ ਵਿੱਚ ਇੱਕ ਦਿਨ ਇੱਕ ਮਕਾਨ ਦੇ ਵਿੱਚ ਸਵੇਰੇ ਉੱਠਦੇ 1 ਘੰਟੀ ਵਜਈ। ਬੰਦਾ ਬਾਹਰ ਆਇਆ ਤੇ ਉਹ ਕਹਿੰਦੇ ਜੀ ਮਕਾਨ ਨੰਬਰ ਇਹੋ ਹੀ ਆ ਨਾ ਕਿ ਇਹ। ਤੇ ਤੁਸੀਂ ਇਹ ਖਾਲੀ ਕਿਉਂ ਕਰੋਗੇ? ਉਬਾਦ ਖਾਂ ਕਹਿੰਦਾ ਖਾਲੀ ਕਿਉਂ ਕਰਾਂਗੇ ਅਸੀਂ ਆਪਣੇ ਘਰ ਚ ਰਹਿਨੇ ਕਦੋਂ ਨਹੀਂ ਖਾਲੀ ਕਰਾਂਗੇ ਕਿ ਨਹੀਂ ਤੁਸੀਂ ਕਦੋਂ ਨਹੀਂ ਮਕਾਨ ਤੇ ਅਸੀਂ ਅਹੀਂ ਪੁਰਾਣੇ ਤੋਂ ਖਰੀਦਿਆ ਕਹਿੰਦੇ ਜੇ ਤੋ ਤੋ ਖਰੀਦਿਆ ਕਹਿੰਦੇ ਜੇ ਉਹ ਤੇ ਮੈਂ ਆ ਮੈਂ ਤੇ ਵੇਚਿਆ ਨਹੀਂ ਕਹਿੰਦੇ ਸਾਡੇ ਕੋ ਰਜਿਸਟਰੀ ਆ ਉਸੇ ਨਾਮ ਦੇ ਉੱਤੇ ਕੋਈ ਬੰਦਾ ਜਾਲੀ ਖੜਾ ਕਰਕੇ ਰਜਿਸਟਰੀ ਹੋ ਗਈ ਨਵੇਂ ਮਾਲਕ ਮਕਾਨ ਖਾਲੀ ਕਰਾਉਣ ਆ ਗਏ ਕਿਉਂਕਿ ਪੁਰਾਣੇ ਨੇ ਕਹਿਤਾ ਸੀ ਕਿ ਉੱਥੇ ਐਵੇਂ ਹੀ ਉੱਥੇ ਕਿਰਾਏਦਾਰ ਇੰਦੇ ਉਹਨੂੰ ਕੱਢ ਦਿਓ ਬਾਅਦ ਗੱਲ ਹੋ ਗਈ ਹੁਣ ਉਹ ਜਿਹੜੇ ਖਰੀਦਦਾਰ ਨੇ ਉਹ ਅਸਲੀ ਜਿਹਨੇ ਵੇਚੀ ਉਹ ਠੱਗ ਆ ਪਟਵਾਰੀ ਨਾਲ ਤਹਿਸੀਲਦਾਰ ਨਾਲ ਡਰਿਆ ਸੀ ਰਜਿਸਟਰੀ ਕਰਾਤੀ ਪੁਲਿਸ ਕੋਲ ਕੇਸ ਗਿਆ ਜਿਹਨੇ ਖਰੀਦੀ ਉਹ ਰੋਈ ਜਾਵੇ ਜੀ ਮੇਰਾ 60 ਲੱਖ ਲੱਗ ਗਿਆ ਮੈਂ ਹੁਣ ਕਿੱਥੇ ਜਾਵਾਂ ਜਿਹਨੇ ਵੇਚੀ ਸੀ ਉਹ ਵੇਚ ਨਾਲ ਲੱਭਦਾ ਨਹੀਂ ਜਿਹੜਾ ਮਾਲਕ ਮਕਾਨ ਉਹ ਕਹਿੰਦੇ ਜੀ ਮੈਂ ਤੇ ਆਪਣੇ ਘਰ ਬੈਠਾ ਮੈਂ ਕਿਹਦਾ ਛੱਡ ਦਿਆਂ ਪੁਲਿਸ ਵਾਲੇ ਆਖਣ ਉਹਦਾ 60 ਲੱਖ ਲੱਗਾ ਉਹ ਕਹਿੰਦੇ ਮੈਂ ਆਖਿਆ ਸੀ ਲਾਓ ਇਹ ਜੀ ਸਮਝੌਤਾ ਕਰ ਲੋ ਕਹਿੰਦੇ ਮੈਂ ਸਮਝੌਤਾ ਕਰਿਆ ਕਰਨਾ ਮੈਂ ਆਪਣੇ ਘਰ 'ਚ ਬੈਠਾ ਮੈਂ ਕਹਦਾ ਸਮਝੌਤਾ ਕਰਨਾ ਇਹ ਬਹੁਤ ਅਸਿਆਪਾ ਇਦਾਂ ਦਾ ਬਿਆਸਿਕ ਮੈਂ ਹੁਣ ਬਾਹਰ ਬੈਠੇ ਡੀ ਐਨ ਆਰ ਆਜ਼ ਤੁਹਾਨੂੰ ਜਿੰਨੀਆ ਮਰਜੀ ਸਰਕਾਰਾਂ ਭਰੋਸੇ ਦੇਣ ਕੋਈ ਭਰੋਸਾ ਨਹੀਂ ਪੰਜਾਬ ਵਿੱਚ ਜਾਇਦਾਦਾਂ ਬਣਾਉਣੀਆਂ ਬੰਦ ਕਰੋ ਇਹਨਾਂ ਜਾਇਦਾਦਾਂ ਦੀ ਚਾਬੀ ਤੁਸੀਂ ਰਿਸ਼ਤੇਦਾਰ ਨੂੰ ਦੇ ਜਾਂਦੇ ਹੋ ਉਹ ਕਬਜ਼ਾ ਕਰਦਾ ਦੋਸਤ ਮਿੱਤਰ ਨੂੰ ਦੇਣ ਉਹ ਕਬਜ਼ਾ ਕਰਦਾ ਜਾਇਦਾਦ ਤੇ ਮਾਇਆ ਆਪਣੇ ਆਪ ਤੇ ਵੱਡਾ ਸੱਪਾ ਲਪੇਟ ਲਿੰਦੀ ਉਹਨਾਂ ਬੰਦਿਆਂ ਨੂੰ ਲਾਲਚ ਹੁੰਦਾ ਮੁੜ ਕੇ ਤੁਹਾਡੇ ਨਹੀਂ ਮਿਲਦਾ ਤੁਸੀਂ ਸਾਰਾ ਕੁਝ ਗਵਾ ਲੈਣਾ ਅੱਗੇ ਤੁਰੇ ਤੇ ਪੰਜਾਬ ਵਿੱਚ ਪ੍ਰਾਪਰਟੀਆਂ ਬਣਾਉਣੀਆਂ ਬੰਦ ਕਰੋ ਸੋ ਬਿਹਤਰ ਹੈ ਕਿ ਤੁਹਾਡੀ ਮਿਹਨਤ ਦੀ ਕਮਾਈ ਹੈ ਜੇ ਉੱਥੇ ਹੱਤਾ ਵੀ ਜੇ ਤੁਸੀਂ ਦਿੱਲੀ ਬੰਬਈ ਕਲਕੱਤੇ ਬੈਠੇ ਹੋ ਤਾਂ ਵੀ ਪੰਜਾਬ ਚ ਗੈਂਗਾ ਤੋਂ ਬਚਣ ਵਾਸਤੇ ਜੈਦਾਦਾਂ ਅੱਗੋ ਵੀ ਉਹ ਬੱਸ ਦੀ ਟਿਕਟ ਤੇ ਲਿਖਿਆ ਹੁੰਦਾ ਸਵਾਰੀ ਆਪਣੇ ਸਫਰ ਦੀ ਆਪ ਜ਼ਿੰਮੇਵਾਰ ਹੈ ਪੰਡਤ ਸਾਹਿਬ ਅੱਗੇ ਵੱਧਦੇ ਗੱਲ ਕਰਨੀਆਂ ਚੁੱਪੀ ਦੀ ਹਾਸਰਸ ਵਿੱਚ ਘਟਨਾ ਵਾਪਰੀ ਆ ਭਗਦਨ ਮਸਜਿਦ 122 ਲੋਕਾਂ ਦੀ ਮੌਤ ਹੋਈ ਜਾਂਚ ਕਿੱਥੇ ਕਿ ਪਹੁੰਚੀ ਹੈ ਜੀ ਕਿਉਂਕਿ ਉੱਥੋਂ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਅਸੀਂ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਵਾਵਾਂਗੇ ਐਫ ਆਈ ਆਰ ਦਰਜ ਕੀਤੀ ਹੈ ਵਿੱਚ ਕਹਿੰਦੇ ਬਾਬੇ ਦਾ ਨਾਮ ਹੈ ਨਹੀਂ ਬਾਬੇ ਨੇ ਕੱਲ ਪਹਿਲੀ ਵਾਰੀ ਬਿਆਨ ਦਿੱਤਾ ਉਹ ਕਹਿੰਦੇ ਪਹਿ ਜੀ ਘਟਨਾ ਬੜੀ ਮੰਦਪਾਗੀ ਹੈ ਪਰ ਜਿਸ ਹਿਸਾਬ ਨਾਲ ਉਹਨੂੰ ਫੋਨ ਡਿਟੇਲ ਬਾਹਰ ਆਈ ਹੈ ਇਹਦੇ ਬਾਰੇ ਕੀ ਕਹਿਣਾ ਜੀ ਉਹ ਬਾਬਾ ਇੱਕ ਮਰੀ ਹੋਈ ਕੁੜੀ ਨੂੰ ਜਿਉਂਦੀ ਕਰਨ ਦੇ ਦੋਸ਼ ਵਿੱਚ ਪਹਿਲਾਂ ਜੇਲ੍ਹ ਵਿੱਚ ਜਾ ਚੁੱਕਾ ਉਹ ਦਿੱਤੇ ਮੁਕਦਮਾ ਬਣਿਆ ਸੀ ਜੀ ਮਹਾ ਠੱਗ ਬਾਬਾ ਜਿਸ ਤਰ੍ਹਾਂ 2014 ਚ ਹਰਿਆਣਾ ਚ ਇੱਕ ਸਾਧ ਦੇ ਖਿਲਾਫ ਕਾਰਵਾਈ ਹੋਈ ਸੀ ਕਿ ਉਹਨੇ ਉੱਪਰ ਟੈਂਕੀ ਬਣਾਈਆਂ ਦੁੱਧ ਨਾਲ ਭਰ ਲਿੰਦਾ ਤੇ ਉਸ ਟੈਂਕੀ ਵਾਲੇ ਦੁੱਧ ਨਾਲ ਢੋਂਦਾ ਤੇ ਉਸ ਦੁੱਧ ਦੀ ਖੀਰ ਗੰਦੇ ਦੁੱਧ ਦੀ ਖੀਰ ਬਣਾ ਕੇ ਚੇਲਿਆਂ ਨੂੰ ਪ੍ਰਸ਼ਾਦ ਵਰਤੋਂਦਾ ਇਹ ਬਾਬਾ ਵੀ ਇਸੇ ਤਰ੍ਹਾਂ ਕਰਦਾ ਸੀ ਦੁੱਧ ਨਾਲ ਢੋਂਦਾ ਸੀ ਤੇ ਉਹ ਦੁੱਧ ਖੀਰਨੇ ਸੀ ਬਣਾਉਂਦਾ ਦੁੱਧ ਪ੍ਰਸ਼ਾਦ ਦੇ ਤੌਰ ਤੇ ਵਰਤਾਇਆ ਜਾਂਦਾ ਸੀ ਆਪਣੇ ਚੇਲਿਆਂ ਨੂੰ ਤੇ ਸਾਰਿਆਂ ਨੂੰ ਇਹ ਆਖਿਆ ਸੀ ਕਿ ਚਰਨਾਂ ਦੀ ਧੂੜ ਚੁੱਕਿਆ ਕਰੋ ਉਹਦੇ ਵਾਸਤੇ ਬਕਾਇਦਾ ਉਹਦੇ ਬੰਦੇ ਲੱਗੇ ਸੀ ਜਿਹੜੇ ਵਾਰੀ-ਵਾਰੀ ਕਹਿੰਦੇ ਸੀ ਹੁਣ ਤੂੰ ਚੁੱਕ ਹੁਣ ਤੂੰ ਚੁੱਕ ਤੇ ਹੁਣ ਤੂੰ ਚੁੱਕ ਇੱਥੋਂ ਤੱਕ ਵੀ ਕਿਹਾ ਜਾਂਦਾ ਸੀ ਇਹ ਸਾਰਾ ਕੁਝ ਜੋ ਹੁੰਦਾ ਰਿਹਾ ਉਹਦੇ ਚੋਂ ਉਥੋਂ ਦੀ ਸਰਕਾਰ ਨੇ ਅੱਜ ਤੱਕ ਕਦੇ ਕੋਈ ਦਖਲ ਕਿਉਂ ਨਾ ਦਿੱਤਾ ਤੇ ਜੇ ਅੱਜ ਤੱਕ ਕਦੇ ਕੋਈ ਦਖਲ ਨਹੀਂ ਦਿੱਤਾ ਤੇ ਹੁਣ ਅੱਜ ਜਿੰਨੀਆਂ ਮਰਜ਼ੀ ਕਹਾਣੀਆਂ ਪਾਈ ਪਈ ਜਾਣ ਕੌਣ ਪੁੱਛਦਾ ਇਹ ਉਹ ਗੱਲਾਂ ਨਿਕਲਦੀਆਂ ਆਪੀਆਂ ਨੇ ਕਿ ਬਾਬਾ ਉਹ ਵੀ ਸਾਰੇ ਪੁੱਠੇ ਕੰਮ ਕਰਦਾ ਸੀ ਜਿਹੜੇ ਦੋਸ਼ ਆਸਰਾਮ ਤੇ ਲੱਗਦੇ ਤੇ ਜਿਹੜੇ ਰਾਮ ਰਹੀਮ ਤੇ ਲੱਗਦੇ ਆ ਉਹਦੋਂ ਵੀ ਕਿਸੇ ਨੇ ਚੱਕ ਨਹੀਂ ਕੀਤਾ ਕਿੰਨੇ ਸਿਆਸੀ ਲੋਕ ਉਹਦੇ ਡੇਰੇ 'ਚ ਇਸ ਕਰਕੇ ਜਾਂਦੇ ਸੀ ਕਿ ਅਗਲੀਆਂ ਚੋਣਾਂ 'ਚ ਬਾਬਾ ਸਾਨੂੰ ਵੋਟਾਂ ਦਾ ਪ੍ਰਾਗਾ ਦੇ ਦੇਗਾ ਉਹਦੇ ਕੋਲ ਕਹਿੰਦਾ ਸੀ ਮੈਂ ਕਿਸੇ ਤੋਂ ਮੱਥਾ ਨਹੀਂ ਟਿਕਾਉਂਦਾ ਪੈਸੇ ਨਹੀਂ ਲੈਂਦਾ ਪਰ ਉਹਦੀ ਕੋ ਪ੍ਰਾਪਰਟੀ ਆਸੂੜੇ 100 ਕਰੋੜ ਰੁਪਏ ਤੋਂ ਵੱਧ ਦੀ ਹੈ ਪਰ ਜਿੰਨੇ ਉਹਦੇ ਆਸ਼ਰਮ ਨੇ ਸਾਰੇ ਦੇ ਸਾਰੇ ਆਲੀਸ਼ਾਨ ਹੈ ਮਹਾਰਾਜਾਂ ਦੇ ਪੈਲਸਾਂ ਨਾਲੋਂ ਪਰੇ ਨੇ ਲਗਜ਼ਰੀ ਗੱਡੀਆਂ ਕਰੋੜ ਕਰੋੜ ਰੁਪਏ ਵਾਲੀਆਂ ਉਸ ਬਾਬੇ ਕੋਲ ਨੇ ਬਾਬਾ ਟਿੱਚ ਜਾਣਦਾ ਪੁਲਿਸ ਨੂੰ ਜਦੋਂ ਇੱਕ ਥਾਂ ਤੋਂ ਭੱਜ ਕੇ ਦੂਸਰੀ ਤਾਂ ਚਲਾ ਗਿਆ ਤੇ ਪੁਲਿਸ ਫੜਨ ਨਹੀਂ ਗਈ ਪੁਲਿਸ ਦਾ ਸੀਓ ਜਿਹੜਾ ਡੀਐਸਪੀ ਰੈਂਕ ਦਾ ਹੁੰਦਾ ਉਹਦੇ ਕੋਲ ਜਾ ਕੇ 1 ਘੰਟਾ ਬੈਠਾ ਰਿਹਾ ਅੰਦਰੋਂ ਪਤਾ ਨਹੀਂ ਘਟਮਟ ਕੀ ਕਰ ਗਿਆ ਪੱਤਰਕਾਰ ਨੂੰ ਕਹਿੰਦਾ ਬਾਬਾ ਹੈ ਨਹੀਂ ਅੱਧੇ ਘੰਟੇ ਬਾਅਦ ਪੁਲਿਸ ਫੋਰਸ ਲੱਗ ਗਈ 2 ਘੰਟਿਆਂ ਬਾਅਦ ਉਹਦੀਆਂ ਗੱਡੀਆਂ ਬਾਹਰ ਨਿਕਲੀਆਂ ਉਹਨਾਂ ਗੱਡੀਆਂ ਦੇ ਕਾਫਲੇ 'ਚ ਇੱਕ ਗੱਡੀ ਦੇ ਉੱਤੇ ਭਾਜਪਾ ਦਾ ਝੰਡਾ ਸੀ ਕਹਿੰਦੇ ਉਸ ਭਾਜਪਾ ਦੇ ਝੰਡੇ ਵਾਲੇ ਗੱਡੀ ਚ ਨਿਕਲ ਗਿਆ ਹੁਣ ਸੱਪ ਲੰਘ ਜਾਵੇ ਤੇ ਲਕੀਰ ਦੇ ਸੋਟੇ ਜਿੰਨੀ ਮਰਜੀ ਮਾਰੀ ਜਾਓ ਬਾਬਾ ਤੇ ਹੁਣ ਇਹਨਾਂ ਨੇ ਕਾਬੂ ਉਹਨਾਂ ਨੇ ਬਾਬਾ ਉੱਥੋਂ ਨਿਕਲ ਗਿਆ ਔਰ ਬਾਬੇ ਦਾ ਪਰਿਵਾਰ ਵੀ ਆਪਣੇ ਘਰ ਵਾਸੇ ਪਾਸੇ ਹੋ ਗਿਆ ਇਹੋ ਜਿਹੇ ਲੋਕਾਂ ਕੋਲ ਬਹੁਤ ਟਿਕਾਣੇ ਹੁੰਦੇ ਆ ਸਰਕਾਰ ਚਾਰ ਦਿਨ ਰੌਲਾ ਪਾਵੇਗੀ ਅਸੀਂ ਆਹ ਕਰਦੇ ਪਏ ਆਹ ਕਰਦੇ ਪਏ ਲੋਕਾਂ ਨੂੰ ਦਲਾਸੇ ਦੇਵੇਗੀ ਦਲਾਸੇ ਦੇਣ ਤੋਂ ਬਾਅਦ ਫਿਰ ਸਰਕਾਰ ਚੁੱਪ ਕਰ ਜਾਵੇਗੀ ਤੇ ਲੋਕ ਆਰਾਮ ਨਾਲ ਬੈਠ ਜਾਣਗੇ ਇਹ ਸਮਝ ਲੈਣਗੇ ਕਿ ਮਾੜੀ ਕਿਸਮਤ ਜੋ ਹੋਣਾ ਸੀ ਹੋ ਗਿਆ ਪੰਨੂ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਆ ਜਲੰਧਰ ਪਛਮੀ ਜ਼ਿਮਨੀ ਚੋਣ ਦੀ ਸੀਟ ਦੀ ਕਿਉਂਕਿ ਨਿਗਾਹਾਂ ਸਾਰਿਆਂ ਦੀ ਐ ਇਧਰਲੇ ਪਾਸੇ ਹੀ ਐ ਪੰਨੂ ਸਾਹਿਬ ਹਾਲਾਤ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਐ ਦੂਸਰੇ ਪਾਸੇ ਜਿਹੜੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਐ ਮੁੱਦੇ ਚੁੱਕੇ ਨਹੀਂ ਜਾ ਰਹੇ ਪਰ ਇੱਕ ਦੂਸਰੇ ਦੇ ਉੱਪਰ ਲਗਾਤਾਰ ਦੋਸ਼ ਲੱਗਦੇ ਪਏ ਐ ਜੀ ਕੀ ਕਹਿਣਾ ਤੁਸੀਂ ਮੈਂ ਨਿੱਜੀ ਪੱਧਰ ਤੇ ਦੋਸ਼ ਲਾਉਣ ਵਾਲਾ ਦੇ ਕੋਈ ਬਹੁਤਾ ਪੱਖੋਚ ਨਹੀਂ ਮੈਂ ਸਮਝਦਾ ਕਿ ਇਹ ਨਹੀਂ ਲਾਉਣੇ ਚਾਹੀਦੇ ਕੋਈ ਵੀ ਲਾਉਂਦਾ ਇੱਕ ਹੰਦਾਉਂ ਦੀਆਂ ਚੀਜ਼ ਜੀ ਪਿਛਲੇ ਸਾਲ ਇੱਥੇ ਪੰਜਾਬ ਵਿੱਚ ਇੱਕ ਸਮਾਗਮ 'ਚ ਕੁਝ ਵੱਡੇ ਕੱਦ ਦੇ ਸਿਆਸੀ ਲੀਡਰਾਂ ਨੇ ਮੁੱਖ ਮੰਤਰੀ ਦੇ ਖਿਲਾਫ ਨਿੱਜੀ ਪੱਧਰ ਦੀਆਂ ਟਿੱਪਣੀਆਂ ਕੀਤੀਆਂ ਤੇ ਅਗਲੇ ਦਿਨ ਮੁੱਖ ਮੰਤਰੀ ਨੇ ਉਹਦੇ ਨਾਲ ਵੀ ਤਿੱਖੀਆਂ ਟਿੱਪਣੀਆਂ ਕਰਤੀਆਂ ਦੋਵੇਂ ਪਾਸੇ ਜਲੂਸ ਨਿਕਲ ਗਿਆ ਫਾਇਦਾ ਕੀ ਹੋਇਆ ਮੈਂ ਉਦੋਂ ਵੀ ਕਹਿੰਦਾ ਸੀ ਇੰਨੇ ਕਰਨਾ ਚਾਹੀਦਾ ਇਹ ਇਸ ਚਿਕੜ ਸੁੱਟਣ ਦੀ ਖੇਡ 'ਚ ਤੁਸੀਂ ਦੋਵੇਂ ਇਤਰਾਮ ਇੱਕ ਦੂਸਰੇ ਦਾ ਜਲੂਸ ਕੱਢਦੇ ਹੋ ਤੇ ਆਪਣਾ ਵੀ ਕਢਵਾ ਰਹੇ ਨਾ ਕਰੋ ਹੁਣ ਸੀਤਲ ਅੰਗਰਾਲ ਨੇ ਪਹਿਲ ਕਰਤੀ ਵਾਕ ਜਿੰਦਾ ਮੇਰੇ ਕੋਲ ਕੁਝ ਸਬੂਤ ਹੈ ਇਹੋ ਜਿਹੇ ਬੰਦੇ ਦੇ ਸਬੂਤ ਕਿੰਨੇ ਕਿ ਕੋਈ ਲਵੇਗਾ ਜਿਹੜਾ ਪਹਿਲਾਂ ਕਹਿੰਦਾ ਸੀ ਬੀਜੇਪੀ ਵਾਲਾ ਮੈਨੂੰ ਇਨੇ ਕਰੋੜ ਦਿੰਦੇ ਆ ਉਹ ਸਬੂਤਾਂ ਸਬਾਤਾਂ ਦੇ ਚੱਕਰਾਂ ਚੁੱਕਰਾਜਦਾ ਪੈਣਾ ਨਹੀਂ ਚਾਹੀਦਾ ਰਾਜਨੀਤਿਕ ਮੁੱਦੇ ਬਹੁਤ ਹੈ ਜਿਹੜੇ ਪਛੜੇ ਹੋਏ ਲੋਕ ਸੇ 1947 ਪਛੜੇ ਸੀ 57 67 77 ਹਰ 10 10 ਸਾਲਾਂ ਬਾਅਦ ਵੇਖਦੇ ਆਇਆ ਪਛੜੇ ਆ ਤੇ ਅਜੇ ਤੱਕ ਪਛੜੇ ਆ ਜੀ ਇਹ ਜਿਹੜੇ ਇਲਾਕੇ ਵਿੱਚ ਚੋਣ ਹੁੰਦੀ ਪਈ ਆ ਦੋ ਤਿੰਨ ਕਲੋਨੀਆ ਦੇ ਚ ਅਮੀਰਾਂ ਦੀਆਂ ਵੀ ਹੈਗੀਆਂ ਪਰ ਬਹੁਤਾ ਇਲਾਕਾ ਉਹ ਆ ਜਿੰਨੂੰ ਜਲੰਧਰ ਦੇ ਵਿੱਚ ਸਭ ਤੋਂ ਪਛੜੇ ਇਲਾਕਿਆਂ ਚ ਗਿਣਿਆ ਜਾ ਸਕਦਾ ਹੁਣ ਤੱਕ ਇਹਨਾਂ ਨੂੰ ਲਾਰਿਆਂ ਦੇ ਲਾਲੀਪਾਪ ਹੀ ਦਿੱਤੇ ਗਏ ਇਸ ਲੱਕੇ ਦਾ ਵਿਕਾਸ ਤਾਂ ਕਿਸੇ ਨੇ ਨਹੀਂ ਕੀਤਾ ਗੱਲਾਂ ਕਰਨੀਆਂ ਭਾਵੇਂ ਮੁੱਖ ਮੰਤਰੀ ਸਾਹਿਬ ਹੋਣ ਉਹ ਇਹ ਨਾ ਕਹਿਣ ਫਰਾਨਾ ਕਹਿੰਦਾ ਨਿੱਜੀ ਦੂਸ਼ਣ ਬਾਜੀ ਛੱਡ ਕੇ ਕਹਿਣ ਕਿ ਇਸ ਮਹੱਲੇ ਦੇ ਵਿਕਾਸ ਵਾਸਤੇ ਅਸੀਂ ਕੀ ਸਕੀਮਾ ਬਣਾਵਾਂਗੇ ਤੇ ਨਾਲ ਇਹ ਕਹਿਣ ਕਿ ਇੱਥੇ ਤੇ ਉਪਚੋਣ ਹੁੰਦੀ ਪਈ ਆ ਮੈਂ ਸਿਰਫ ਉਪਚੋਣ ਵਾਲੇ ਮਹੱਲੇ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਗਰੀਬਾਂ ਦੇ ਮਹੱਲੇ ਆ ਉਹਨਾਂ ਸਾਰਿਆਂ ਵਾਸਤੇ ਇਹੋ ਜੀਆਂ ਸਕੀਮਾਂ ਲਿਆਵਾਂਗਾ ਇਓ ਕਦਰ ਦੂਸਰੇ ਪਾਸਿਓਂ ਜਿਹੜੀਆਂ ਦੂਸਰੀਆਂ ਪਾਰਟੀਆਂ ਉਹ ਵੀ ਇਹ ਦੱਸ ਦੇਣ ਕਿ ਕੀ ਤੁਸੀਂ ਗਰੀਬਾਂ ਨੂੰ ਇਸ ਕਰਕੇ ਗਰੀਬ ਰੱਖਿਆ ਕਿ ਲਾਰਿਆਂ ਦੇ ਲਾਲੀਪਾਪ ਵੱਢੇ ਜਾ ਸਕਣ ਕਲਕੱਤੇ 'ਚ ਬੈਠੀ ਇੱਕ ਸਾਧਵੀ ਕਹਿੰਦੀ ਹੁੰਦੀ ਸੀ ਮੈਂ ਉਹ ਖੈ ਕਿਹੜੇ ਧਰਮ ਦੀ ਸੀ ਮੈਂ ਜਾਣ ਕੇ ਨਹੀਂ ਦੱਸ ਰਿਹਾ ਕਿਉਂਕਿ ਸਾਰੇ ਧਰਮਾਂ 'ਚ ਇਦਾਂ ਦੀ ਹੁੰਦੀ ਉਹ ਕਹਿੰਦੀ ਸੀ ਜਿਹੜਾ ਈਸ਼ਵਰ ਆ ਬੜਾ ਦਿਆਲੂ ਆ ਦੁਖੀ ਇਹੋ ਜੇ ਪੀੜਿਤ ਲੋਕ ਭੁੱਖ ਮਾਰੇ ਗਰੀਬ ਉਹ ਜਾਣਬੁੱਝ ਕੇ ਪੈਦਾ ਕਰਦਾ ਤਾਂ ਕਿ ਸਾਡੇ ਵਰਗਿਆਂ ਨੂੰ ਉਹਦੀ ਸੇਵਾ ਕਰਨ ਤੇ ਮਦਦ ਕਰਨ ਦਾ ਮੌਕਾ ਦੇਵੇ ਤਾਂ ਕਿ ਸਾਡੇ ਪਾਪ ਬਖਸ਼ੇ ਸਾਨੂੰ ਸੇਵਾ ਦਾ ਮੌਕਾ ਦੇਣ ਵਾਸਤੇ ਉਹ ਉਹਨਾਂ ਵਿਚਾਰਿਆਂ ਨੂੰ ਪੀੜਿਤ ਕਰਕੇ ਕਾਦੀ ਸਜ਼ਾ ਦਿੰਦਾ ਜਿਵੇਂ ਰੱਬ ਹੀ ਆ ਤਾਂ ਇਹੋ ਜੀਆਂ ਗੱਲਾਂ ਕਿ ਉਹਨਾਂ ਨੂੰ ਸਜ਼ਾ ਇਸ ਕਰਕੇ ਦਿੰਦਾ ਕਿ ਸਾਨੂੰ ਉਹ ਸੇਵਾ ਦਾ ਮੌਕਾ ਦੇਣਾ ਚਾਹਦਾ ਇਹ ਫਜ਼ੂਲ ਗੱਲ ਹੈ ਇਹ ਵੀ ਹੁਣ ਇੱਥੇ ਭਾਰਤ ਦੇ ਤੇ ਪੰਜਾਬ ਦੇ ਲੋਕਤੰਤਰ ਦੀ ਫਜ਼ੂਲ ਗੱਲ ਹੈ ਕਿੰਨਾ ਸਾਰਿਆਂ ਨੂੰ ਹਰ ਵਾਰੀ ਆਖੋ ਗਰੀਬੀ ਘਟਾ ਦੇਾਂਗੇ ਤੁਹਾਨੂੰ ਮੁਫਤ ਦਾ ਰਾਸ਼ਨ ਪਾਣੀ ਦੇ ਦੇਾਂਗੇ ਤੁਹਾਡੀ ਬਿਜਲੀ ਮੁਫਤ ਕਰ ਦੇਾਂਗੇ ਸਿਰਫ ਇਹੋ ਹੀ ਦੱਸੀ ਜਾਓ ਇਹਨਾਂ ਨੂੰ ਰੁਜ਼ਗਾਰ ਦਾ ਕੋਈ ਮੌਕਾ ਨਾ ਦਿਓ ਇਹ ਪਛੜਿਆ ਤੇ ਪਛੜੇ ਰੱਖੋ ਜਦ ਤਣ ਸਿਆਣੇ ਹੋਗੇ ਫਿਰ ਵੋਟਾਂ ਸੋਚ ਕੇ ਪਾਇ ਕਰਨਗੇ ਮੋਢਿਆ ਤੇ ਸਿਰ ਲੱਗਾ ਉਹ ਕੰਮ ਨਾ ਕਰਨਾ ਸ਼ੁਰੂ ਕਰ ਦਿੰਦਾ ਵੇ ਇਸ ਕਰਕੇ ਨਾ ਲਾਰਿਆਂ ਦੇ ਲਾਲੀ ਪਾਪੀ ਚੋਸਣ ਵਾਸਤੇ ਲਾਛੜੋ ਐਸ ਵੇਲੇ ਜੋ ਕੁਝ ਜਲੰਧਰ ਦੀ ਓਪਰਚੂਨ ਚੁੰਦਾ ਪਿਆ ਪਵੇਂ ਵਿਰੋਧੀ ਪਾਰਟੀਆਂ ਨੇ ਪਵੇਂ ਰਾਜਕਰਦੀ ਪਾਰਟੀ ਮੈਂ ਇਹਨਾਂ ਚੋ ਕਿਸੇ ਦੇ ਉੱਤੇ ਵੀ ਖੁਸ਼ ਨਹੀਂ ਮੈਂ ਸਮਝਦਾ ਕਿ ਇਹਨਾਂ ਨੂੰ ਇਧਰ ਉਧਰ ਦੀਆਂ ਫਾਲਤੂ ਗੱਲਾਂ ਛੱਡ ਕੇ ਲੋਕਾਂ ਨਾਲ ਸਹੀ ਸ਼ਬਦਾਂ ਚ ਵਾਅਦਾ ਕਰਨਾ ਚਾਹੀਦਾ ਕਿ ਜਿਹੜੇ ਹੱਕਦਾਰ ਆ ਜਿਹੜੇ ਪਛੜੇ ਆ ਉਹਨਾਂ ਨੂੰ ਅਸੀਂ ਬਾਕੀਆਂ ਦੇ ਬਰਾਬਰ ਲਿਆਉਣ ਵਾਸਤੇ ਆ ਕਰਾਂਗੇ ਇਹ ਵਾਅਦਾ ਬਿਲਕੁਲ ਪੰਸਭ ਅੱਗੇ ਬਾਅਦ ਤੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਲੱਗਦਾ ਵੱਧਦਾ ਜਾ ਰਿਹਾ ਹੈ ਗੱਲ ਦਿੱਲੀ ਤੱਕ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ ਜੇ ਹਾਲਾਤ ਠੀਕ ਨਹੀਂ ਹੋਏ ਤੇ ਹੁਣ ਦਿੱਲੀ ਵਾਲੇ ਪਾਸੇ ਕੀ ਹੋ ਗਿਆ ਜੀ ਦਿੱਲੀ ਦਾ ਅਕਾਲੀ ਦਲ ਤੇ ਪਹਿਲਾਂ ਤੋਂ ਵੀ ਇਸੇ ਤਰ੍ਹਾਂ ਪੰਡਤ ਜਵਾਹਰ ਲਾਲ ਨਹਿਰੂ ਦੇ ਵੇਲੇ ਵੀ ਦਿੱਲੀ ਵਿੱਚ ਇੱਕ ਲੀਡਰ ਹੁੰਦਾ ਸੀ ਜਿਹੜਾ ਪੰਜਾਬ ਦੇ ਅਕਾਲੀਆਂ ਨਾਲ ਮਿਲ ਕੇ ਨਹੀਂ ਸੀ ਚੱਲਦਾ ਦਿੱਲੀ ਦੀ ਕੇਂਦਰ ਸਰਕਾਰ ਨਾਲ ਮਿਲ ਕੇ ਚੱਲਦਾ ਸੀ ਸਰਕਾਰ ਉਹਦੇ ਕਹਿਣ ਤੇ ਇੱਕ ਦੋ ਬਿਆਨ ਦੇਖ ਦਿੰਦੀ ਸੀ ਕੋਈ ਨਾ ਕੋਈ ਸਹੂਲਤਾਂ ਵੀ ਦੇ ਦਿੰਦੀ ਸੀ ਉਹ ਪੰਜਾਬ ਵਾਲਿਆਂ ਨੂੰ ਕਹਿੰਦਾ ਸੀ ਤੁਸੀਂ ਕਲੀਕ ਕਰ ਤਾਂ ਮੈਂ ਤੇ ਆ ਲੈਤਾ ਫਿਰ ਇੱਕ ਹੋਰ ਲੀਡਰ ਉੱਠਿਆ ਉਹ ਇੱਕੋ ਵਕਤ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਵੀ ਨੇੜੇ ਸੀ ਤੇ ਅੰਮ੍ਰਿਤਸਰਾਂ ਦੇ ਵੀ ਨੇੜੇ ਸੀ ਉਸ ਤੋਂ ਬਾਅਦ ਵੀ ਇਹੋ ਜਿਹੇ ਮੌਕੇ ਉੱਠਦੇ ਰਹੇ ਫਿਰ ਸਿਆਸਤ ਵਿੱਚ ਟਕਰਾਅ ਹੋਇਆ ਇੱਕ ਪਾਸੇ ਬਾਦਲ ਚੌੜਾ ਜੁੜੀ ਦੂਜੇ ਪਾਸੇ ਦਿੱਲੀ ਵਾਲੇ ਪਰਮਜੀਤ ਸਰਨਾ ਤੇ ਉਹਨਾਂ ਦਾ ਭਰਾ ਹਰਵਿੰਦਰ ਸਿੰਘ ਸਰਨਾ ਦੋਵੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਉਹਨਾਂ ਦਾ ਧੜਾ ਹੋ ਗਿਆ ਇਹਨਾਂ ਨੇ ਉੱਥੇ ਸਰਨਿਆਂ ਨਾਲ ਲੜਨ ਵਾਸਤੇ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਤਿਆਰ ਕੀਤੇ ਮਨਜੀਤ ਸਿੰਘ ਜੀ ਜਿੱਕੇ ਮੁੜ ਕੇ ਇਹਨਾਂ ਨੂੰ ਚੁਪਣ ਲੱਗ ਪਿਆ ਉਹਨੂੰ ਕੱਢਤਾ ਮਨਜਿੰਦਰ ਸੋ ਸਿੱਸੇ ਨੂੰ ਅੱਗੇ ਲਾ ਕੇ ਜਦੋਂ ਸਾਰਾ ਕੁਝ ਹੋ ਗਿਆ ਤੇ ਮਨਜਿੰਦਰ ਸਿੰਘ ਸਿਰਸਾ ਵੀ ਛੜੱਪਾ ਮਾਰ ਕੇ ਭਾਜ ਭੱਜ ਚਲਾ ਗਿਆ ਇਹਨਾਂ ਨੇ ਮੁੜ ਕੇ ਹੋਰ ਬੰਦੇ ਤਿਆਰ ਕੀਤੇ ਨਵੀਂ ਉੱਥੇ ਕਮੇਟੀ ਚੁਣਨ ਲੱਗੇ ਮਨਜਿੰਦਰ ਸਿੰਘ ਸਿਰਸੇ ਨੂੰ ਹੋਜ ਕੇ ਪਾਸੇ ਕਰਤਾ ਆਪਣੇ ਬੰਦੇ ਲਾ ਕੇ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਬਣਾਤਾ ਜਦੋਂ ਪ੍ਰਧਾਨ ਬਣ ਗਿਆ ਤਿੰਨ ਦਿਨ ਬਾਅਦ ਉਹਨੇ ਦਿੱਲੀ ਚ ਵੱਖਰਾ ਕਾਲੀ ਦਲ ਬਣਾ ਲਿਆ ਕਹਿੰਦਾ ਪ੍ਰਧਾਨਗੀ ਦੀ ਚੋਣ ਦੀ ਗੱਲ ਵੱਖਰੀ ਸੀ ਮੈਂ ਪੰਜਾਬ ਦੇ ਬਾਦਲਾਂ ਨਾਲ ਥੋੜਾ ਚੱਲ ਸਕਦਾ ਕਿ ਤਾਂ ਸਾਰਾ ਕੁਝ ਗਲਤ ਕਰਦੇ ਪਏ ਜੀ ਇਹ ਉਦੋਂ ਜੋ ਇਹਨਾਂ ਨੂੰ ਫੇਰ ਪਤਾ ਲੱਗਾ ਕਿ ਜਿਹਨੂੰ ਅਸੀਂ ਬਣਾਉਂਦੇ ਹਾਂ ਉਹ ਵੀ ਸਾਡਾ ਨਹੀਂ ਸੀ ਹੁਣ ਜਿਹੜੀ ਖੇਡ ਚੱਲਦੀ ਪਈ ਹੈ ਜਿਹੜੇ ਸਰਨਾਪਰਾ ਵੀ ਸਾਲ ਤੱਕ ਬਾਦਲ ਕਾਲੀ ਦਲ ਦੀ ਲੀਡਰਸ਼ਿਪ ਨੂੰ ਗਾਲ੍ਹਾਂ ਕੱਢਦੇ ਆਏ ਸੀ ਉਹ ਐਸ ਵੇਲੇ ਬਾਦਲ ਕਾਲੀ ਦਲ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਕਹਿੰਦੇ ਪੰਜਾਬ ਦੇ ਵਿੱਚ ਇਸ ਰੀਜੀonal ਪਾਰਟੀ ਦਾ ਬਚਣਾ ਤੇ ਚੱਲਦੇ ਰਹਿਣਾ ਬਹੁਤ ਜ਼ਰੂਰੀ ਆ ਤੇ ਜਿਹੜੇ ਕਿਸੇ ਵਕਤ ਇਹਨਾਂ ਦੇ ਨਾਲ ਹੁੰਦੇ ਸੀ ਉਹ ਐਸੋਲੇ ਇਦਾਂ ਲੱਗੇ ਆ ਕਿ ਉਹ ਅੱਗੇ ਇੱਕ ਮੌਕੇ ਤੇ ਇੱਕ ਨਾਰਾ ਇੰਦਰਾ ਗਾਂਧੀ ਦੇ ਵਕਤ ਆਇਆ ਸੀ ਗਿਰਤੀ ਹੋਈ ਸਰਕਾਰ ਕੋ ਇੱਕ ਧੱਕਾ ਹੋਰ ਦੋ ਇੱਥੇ ਵੀ ਐਸੋਲੇ ਦਿੱਲੀ ਦੇ ਵਿੱਚ ਅਕਾਲੀ ਦਲ ਦੇ 10-12 ਧੜੇ ਇਸ ਕਰਕੇ ਲੱਗੇ ਆ ਕਿ ਗਿਰਤੇ ਹੋਏ ਬਾਦਲ ਦਲ ਕੋ ਇੱਕ ਧੱਕਾ ਹੋਰ ਦੋ ਉਹ ਇਸ ਪਾਸੇ ਲੱਗ ਗਏ ਕੱਲ੍ਹ ਦੀਆਂ ਉੱਥੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਆਪੀਆਂ ਨੇ ਕਿ ਦਿੱਲੀ ਦੇ ਵਿੱਚੋਂ ਅਕਾਲੀ ਲੀਡਰ ਕਿਸੇ ਵਕਤ ਵੀ ਜਿਹੜੇ ਹੁਣ ਤੱਕ ਇਹਨਾਂ ਦੇ ਨਾਲ ਸੀ ਦੂਜੇ ਪਾਸੇ ਜਾ ਸਕਦੇ ਆ ਇੱਕ ਦੂਸਰੇ ਨੂੰ ਪਾਰਟੀ ਚੋਂ ਕੱਢਣ ਕਢਾਉਣ ਦੇ ਐਲਾਨ ਵੀ ਸ਼ੁਰੂ ਹੋ ਗਿਆ ਉਂਝੇ ਮੈਂ ਦੱਸ ਦਿਆਂ ਕਿ ਜਿੰਨੀ ਕੁ ਕ腐ਸ਼ਨ ਧਰਮਸਥਾਨਾਂ ਚ ਤੇ ਹੋਰ ਗਲਾਂ ਚ ਪੰਜਾਬ ਚ ਦਿੱਲੀ ਦੇ ਵਿੱਚ ਇਹਦੋਂ ਘਟਣੀ ਇਹਦੋਂ ਪਰਈ ਜਿੰਨੀ ਕੁ ਦਲ ਬਦਲੀ ਜਿੰਨੀ ਕੁ ਮੌਕਾ ਪ੍ਰਸਤੀ ਜਿੰਨੇ ਕ ਸਿਆਸਤ ਦੇ ਉਲਟ ਬਾਜੀ ਪੰਜਾਬ ਵਿੱਚ ਹੈ ਤੋਂ ਵੱਧ ਦੀ ਉਥੇ ਘਟ ਨਹੀਂ ਉਥੇ ਜਿਹੜਾ ਅਕਾਲੀ ਲੀਡਰ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਵੀ ਸੀ ਦਿੱਲੀ ਦਾ ਕਿਉਂ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਸੀ ਬਾਦਲ ਅਕਾਲੀ ਦਲ ਦੇ ਲੀਡਰਸ਼ਿਪ ਦੇ ਸਭ ਤੋਂ ਵੱਧ ਨੇੜੇ ਗਿਣਿਆ ਗਿਆ ਸੀ ਤੇ ਭਾਜਪਾ ਚ ਜਦੋਂ ਉਹ ਗਿਆ ਤੇ ਇਹ ਬਹੁਤ ਔਖੇ ਹੁੰਦੇ ਸੀ ਕਿ ਸਾਡੇ ਬੰਦੇ ਦੇ ਤੌਣ ਤੇ ਪਿਸਤੌਲ ਦੀ ਨੋਕ ਰੱਖ ਕੇ ਉਹਨੂੰ ਦਲ ਬਦਲੀ ਕਰਵਾਈ ਗਈ ਆ ਉਹ ਬੰਦਾ ਜਦੋਂ ਇਹਨਾਂ ਵਿੱਚ ਸੀ ਉਦੋਂ ਵੀ ਕਮਾਲ ਦੀ ਗੱਲ ਇਹ ਆ ਕਿ ਉਹ ਇੱਕ ਉਪਚੋਣ ਚ ਐਮਐਲਏ ਬਣ ਗਿਆ ਲੀਡਰ ਅਕਾਲੀ ਦਲ ਦਾ ਚੋਣ ਨਿਸ਼ਾਨ ਭਾਜਪਾ ਦਾ ਇਹ ਕਿਦਾਂ ਹੋ ਸਕਦਾ ਹੁਣ ਅੱਜ ਕੱਲ ਜਲੰਧਰ ਚ ਇਹ ਆ ਕਿ ਜਿਹੜੀ ਬੀਬੀ ਨੂੰ ਅਕਾਲੀ ਦਲ ਦਾ ਚੋਣ ਨਿਸ਼ਾਨ ਦਵਾਇਆ ਉਹਨੂੰ ਛੱਡ ਕੇ ਕਹਿੰਦੇ ਆ ਕਿ ਬੀਐਸਪੀ ਵਾਲੇ ਹਾਥੀ ਦੀ ਮਦਦ ਕਰਨੀ ਹੈ ਦਿੱਲੀ ਵਿੱਚ ਇਹ ਹੋਇਆ ਕਿ ਲੀਡਰ ਸਾਡਾ ਚੋਣ ਲੜੇਗਾ ਭਾਜਪਾ ਦੇ ਚੋਣ ਨਿਸ਼ਾਨ ਤੇ ਤੇ ਜਿੱਤ ਵੀ ਜਾਵੇਗਾ ਜਿਤਾ ਵੀ ਲੇਗਾ ਉਦੇ ਤੋਂ ਪਹਿਲਾਂ ਵੀ ਦੋ ਚੋਣਾਂ ਦੇ ਵਿੱਚ ਇਹਨਾਂ ਦੇ ਚਾਰ-ਚਾਰ ਉਮੀਦਵਾਰ ਉੱਥੇ ਅਸੈਂਬਲੀ ਚੋਣ ਚ ਲੜੇ ਔਰ ਸਾਰੇ ਤਕੜੀ ਨਹੀਂ ਉੱਥੇ ਕਿਸੇ ਨੂੰ ਵਿਖਾਈ। ਆ ਭਾਜਪਾ ਦੇ ਕਮਲ ਫੁੱਲ ਦੇ ਚੋਣ ਚਿੰਨ੍ਹ ਤੇ ਲੜਦੇ ਰਹੇ ਔਰ ਇੱਕ ਵਾਰੀ ਹਾਰਨ ਤੋਂ ਬਾਅਦ ਭਾਜਪਾ ਨੇ ਆਪਣੀ ਰਿਵਿਊ ਮੀਟਿੰਗ ਸੱਦੀ ਤੇ ਅਕਾਲੀ ਦਲ ਦੇ ਦੋ ਲੀਡਰ ਉੱਥੇ ਚਲੇ ਗਏ। ਉਹ ਕਹਿੰਦੇ ਤੁਸੀਂ ਕਿੱਧਰ ਆਏ ਸਾਡੀ ਮੀਟਿੰਗ ਆ। ਕਹਿੰਦੇ ਅਸੀਂ ਤੁਹਾਡੇ ਕੈਂਡੀਡੇਟ ਸਾਡੇ ਕੋਲ ਕਮਲ ਫੁੱਲ ਦਾ ਚੋਣ ਚਿੰਨ੍ਹ ਸੀ। ਉਹ ਕਹਿੰਦੇ ਉਹ ਵੱਖਰੀ ਗੱਲ ਤੁਹਾਨੂੰ ਚੋਣ ਚਿੰਨ੍ਹ ਦਿੱਤਾ ਤੁਸੀਂ ਸਾਡੇ ਦੇ ਬਾਹਰ ਨਿਕਲ ਜਿਓ। ਉਹ ਉੱਥੋਂ ਨਿਕਲ ਕੇ ਤੇ ਬਾਜਪਈ ਸਾਬ ਉਦੋਂ ਪ੍ਰਧਾਨ ਮੰਤਰੀ ਹੁੰਦੇ ਸੀ ਉਹਨਾਂ ਕੋਲ ਚਲੇ ਗਏ ਜੀ ਰੋਸ ਕਰਨ ਅਸੀਂ ਕਾਲੀ ਦਲ ਕਹਦੇ ਹਾਂ ਜੀ ਅਸੀਂ ਤੇ ਵੇਖੋ ਤੁਹਾਡੇ ਚੋਣ ਸ਼ਾਂਤ ਤੇ ਚੋਣ ਲੜੀ ਆ ਇੱਕੋ ਟਾਈਮ ਤੇ ਉਹ ਕਾਲੀ ਦਲ ਦੀਆਂ ਮੀਟਿੰਗਾਂ 'ਚ ਵੀ ਜਾਣ ਤੇ ਭਾਜਪਾ ਦੀਆਂ ਮੀਟਿੰਗਾਂ 'ਚ ਵੀ ਉਹਦੇ ਧਰ ਬਣ ਕੇ ਬੈਠੇ ਰਹਿਣ ਔਰ ਉਹਨਾਂ 'ਚੋਂ ਦੋ ਜਣੇ ਪੰਜਾਬ ਦੀ ਸਰਕਾਰ ਵਿੱਚ ਮੁੱਖ ਮੰਤਰੀ ਦੇ OSD ਬਣਾ ਕੇ ਤਨਖਾਹਾਂ ਉਹਨਾਂ ਨੂੰ ਇੱਥੋਂ ਦਈਆਂ ਜਾਂਦੇ ਸਿਕਿਉਰਿਟੀ ਇੱਥੋਂ ਦਵਾਈ ਪਈ ਸੀ ਉਹ ਦਿੱਲੀ ਦੇ ਜਿਹੜੀ ਸਿੱਖ ਪੋਲਿਟਿਕਸ ਹੈ ਉਹਦੇ ਉੱਤੇ ਪੰਜਾਬ ਦਾ ਆਸਿਰ ਪੈਣਾ ਹੀ ਪੈਣਾ ਸੀ ਉਹ ਪਿੰਦਾ ਪਿਆ ਬਿਲਕੁਲ ਪਰ ਸਭ ਜਾਣਦਿਆਂ ਦੀ ਗੱਲ ਸਾਈਬਰ ਕਰਾਈਮ ਦੀ ਕਰਨੀ ਹੈ ਕਿਉਂਕਿ ਫਰਾਡ ਲਗਾਤਾਰ ਵਧਦੇ ਜਾ ਰਹੇ ਹੈ ਇੱਕ ਬੈਂਕ ਦਾ ਡਿਪਟੀ ਮੈਨੇਜਰ ਗ੍ਰਿਫਤਾਰ ਕੀਤਾ ਹੈ ਕਹਿੰਦੇ ਕਿ ਇਹ ਲੋਕਾਂ ਦੀ ਮਦਦ ਕਰਦਾ ਸੀ ਤੇ ਬੈਂਕ ਦੇ ਖਾਤੇ ਵੀ ਖੋਲ ਕੇ ਦਿੰਦਾ ਸੀ ਪੂਰਾ ਮਾਮਲਾ ਕੀ ਹੈ ਜੀ ਇੱਕ ਨੈਸ਼ਨਲ ਪੇਪਰ ਚ ਖਬਰ ਬਹੁਤ ਹੀ ਡਿਟੇਲ ਚ ਆਈ ਹੈ ਬਾਕੀ ਤਾਂ ਕੱਟ ਹੈ ਉਹਨਾਂ ਦੱਸਿਆ ਕਿ ਮਾਮਲਾ ਸਟੇਟ ਬੈਂਕ ਦਾ ਗੁੜਗਾਓਂ ਚ ਕਰਾਇਮ ਹੋਇਆ ਕਰਾਇਮ ਤਾਂ ਅਸਲ ਚ ਪਿਛੋਂ ਉੱਤਰਾਖੰਡ ਤੋਂ ਆਇਆ ਬੰਦੇ ਜਿਹੜੇ ਉਹ ਪੰਜਾਬ ਦੇ ਲੁੱਟੇ ਗਏ ਪੁਣਛਾਣ ਹੋਈ ਕਿ ਖਾਤਾ ਜਿਹੜਾ ਦੇਤੇ ਪੈਸੇ ਟ੍ਰਾਂਸਫਰ ਹੋਇਆ ਕਿੱਥੇ ਉਹ ਖਾਤਾ ਗੁੜਗਾਉਂਦਾ ਨਿਭਰਾ ਉੱਥੇ ਜਾ ਕੇ ਵੇਖਿਆ ਵੀ ਉਹ ਖਾਤਾ ਜਿਨ੍ਹਾਂ ਦਾ ਬੰਦੇ ਕੋਲ ਬੰਦੀ ਹੀ ਨਹੀਂ ਫਿਰ ਪੁੱਛਿਆ ਵੀ ਇਹ ਫੇਕ ਖਾਤਾ ਜੇ ਬੰਦੇ ਹੈ ਨਹੀਂ ਤੇ ਉਹਨਾਂ ਦੇ ਨਾਂ ਤੇ ਝਾਲੀ ਖਾਤਾ ਜਿਹੜੇ ਬੰਦੇ ਇਹਨਾਂ ਦੇ ਨਾਂ ਤੇ ਖਾਤਾ ਕਿਦਾ ਖੁੱਲ ਗਿਆ ਇਹ ਪੁਣਛਾਣ ਕੀਤੀ ਤੇ ਕਾਗਜ਼ਾਂ ਤੋਂ ਪਤਾ ਲੱਗ ਗਿਆ ਕਿ ਇਸ ਬ੍ਰਾਂਚ ਵਿੱਚ ਡਿਪਟੀ ਮੈਨੇਜਰ ਫਿਲਾਨਾ ਹੁੰਦਾ ਸੀ ਇਹ ਖਾਤਾ ਉਹਨੇ ਖੋਲਿਆ ਡਿਪਟੀ ਮੈਨੇਜਰ ਨੂੰ ਫੜਿਆ ਗਿਆ ਇਹ ਗੱਲ ਨਿਕਲੀ ਕਿ ਬੈਂਕ ਹਰ ਸਾਲ ਕੋਟੇ ਅਲਰਟ ਕਰ ਦਿੰਦਾ ਕਿ ਐਸ ਸਾਲ ਇੰਨੇ ਕ ਤੁਸੀਂ ਅਕਾਊਂਟ ਨਵੇਂ ਖੋਲਣੇ ਆ ਕੋਸ਼ਿਸ਼ ਕਰੋ ਕਿ ਇਹ ਕੋਟਾ ਤੁਹਾਡਾ ਪੂਰਾ ਹੋ ਜਾਏ ਜਿਹੜੇ ਕੋਟਾ ਪੂਰਾ ਕਰ ਲੈਂਦੇ ਆ ਉਹ ਗੁੱਡ ਬੁਕਸ ਤੇ ਆ ਜਾਂਦੇ ਜਿਨ੍ਹਾਂ ਤੋਂ ਕੋਟਾ ਪੂਰਾ ਨਹੀਂ ਹੁੰਦਾ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਦਾ ਡਰ ਰਹਿੰਦਾ ਉਹਦਾ ਡਿਪਟੀ ਮੈਨੇਜਰ ਸੀ ਉਹ ਕੰਮ-ਕੁਮ ਕਰਨ ਵਾਲਾ ਨਹੀਂ ਸੀ ਪਰ ਕੋਟੇ ਪੂਰੇ ਕਰ ਲੈਂਦਾ ਸੀ ਫਿਰ ਕੋਟੇ ਪੂਰੇ ਕਰਨ ਵਾਸਤੇ ਉਹ ਕੀ ਕਰਦਾ ਸੀ ਝਾਲੀ ਕਾਗਜ਼ ਲਵਦਾ ਸੀ ਝਾਲੀ ਕਾਗਜ਼ਾਂ ਦੇ ਨਾਂ ਨਾਲ ਉਹ ਝਾਲੀ ਖਾਤੇ ਬਣਾ ਲੈਂਦਾ ਸੀ ਬਣਾ ਕੇ ਉਹ ਜਾਲੀ ਖਾਤੇ ਕਦੇ-ਕਦਾਈ ਉਹਨਾਂ ਚ ਬਾਅਦ ਚ ਬੰਦ ਕਰ ਦਿੰਦਾ ਸੀ ਤਾਂ ਕਿ ਬੈਂਕ ਕੋਲ ਵੀ ਸੱਚਾ ਰਵੇ ਮੈਂ ਖਾਤੇ ਖੋਲਤੇ ਤੇ ਬਾਅਦ ਚ ਬੰਦ ਵੀ ਕਰਤੇ ਪਰ ਕੁਝ ਖਾਤੇ ਉਹ ਆਪਣੇ ਹੱਥਾਂ ਠ ਰੱਖਦਾ ਸੀ ਕਿਸੇ ਲੋੜਵੰਦ ਨੂੰ ਵੇਚੇ ਜਾ ਸਕਣ ਸਾਈਬਰ ਕ੍ਰਾਈਮ ਵਾਲਿਆਂ ਨਾਲ ਉਹਨੇ ਸੌਦਾ ਮਾਰ ਲਿਆ ਉਹ ਉਹਨਾਂ ਨੇ ਲੋਕਾਂ ਤੋਂ ਠੱਗੀ ਠੋਰੀ ਕਰਕੇ ਪੈਸੇ ਉਹਨਾਂ ਅਕਾਊਂਟ ਚ ਪਾਉਣੇ ਹੁੰਦੇ ਤੇ ਕੱਢਣੇ ਹੁੰਦੇ ਆ ਉਹਨਾਂ ਨਾਲ ਸੌਦਾ ਮਾਰ ਲਿਆ ਉਹਨਾਂ ਨੂੰ ਉਹ ਜਿਹੜੇ ਫੇਕ ਖਾਤੇ ਜਾਲੀ ਖਾਤੇ ਜਿਹੜੇ ਬਣਾਏ ਹੋਏ ਸੀ ਉਹ ਜਾਲੀ ਖਾਤੇ ਉਹਨੇ ਉਹਨਾਂ ਨੂੰ ਸਾਈਬਰ ਕ੍ਰਾਈਮ ਵਾਲਿਆਂ ਨੂੰ ਵੇਚਤੇ ਜਿਹੜੇ ਕਾਲ ਸੈਂਟਰਾਂ ਚੋਂ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਡੇ ਖਿਲਾਫ ਆ ਕੇਸ ਆ ਜੇ ਤੁਸੀਂ ਬਚਣਾ ਤੇ ਇੰਨੇ ਪੈਸੇ ਹੁਣੇ ਪਾਓ ਆ ਆਓ ਟੀਪੀ ਨੰਬਰ ਆ ਵੇਖਿਓ ਆ ਉਹ ਜਿਹੜੇ ਠਗੀਆਂ ਕਰਨ ਵਾਲੇ ਆ ਬੈਂਕ ਦੇ ਮੈਨੇਜਰ ਨੇ ਆਪ ਜਿਹੜੇ ਝਾਲੀ ਖਾਤੇ ਕੋਟਾ ਪੂਰਾ ਕਰਨ ਲਈ ਬਣਾਏ ਸੀ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਦੇ ਦਿੱਤੇ ਹੁਣ ਬੈਂਕ ਮੈਨੇਜਰ ਤੇ ਫੜਿਆ ਗਿਆ ਇਹ ਵੀ ਪਤਾ ਲੱਗਿਆ ਝਾਲੀ ਖਾਤੇ ਇਹ ਵੀ ਪਤਾ ਗਿਆ ਕਿ ਲੱਗਾ ਕਿ ਵਿੱਚੇ ਅਗੋਂ ਇਹਨੇ ਪਰ ਜਿੰਨਾਂ ਨੇ ਉਹ ਕਢਾਏ ਆ ਉਹ ਬੰਦੇ ਪਤਾ ਹੀ ਨਹੀਂ ਕਿੱਥੋਂ ਦੇ ਕਿਹੜਾ ਗੈਂਗ ਆ ਉਹ ਗੈਂਗ ਨਹੀਂ ਲੱਭ ਰਿਹਾ ਇਹੋ ਜਿਹੇ ਮਾਮਲੇ ਜੇ ਇੱਕ ਸਾਥ ਹੋਇਆ ਤੇ ਦਾ ਮਲ ਹੋਰ ਥਾਵਾਂ ਤੇ ਵੀ ਹੋਣਗੇ ਇਹ ਅੱਗੇ ਤੋਂ ਪੁਲਿਸ ਨੂੰ ਤੇ ਬਾਕੀ ਸਾਈਬਰ ਕ੍ਰਾਈਮ ਫੜਨ ਵਾਲੀਆਂ ਏਜੰਸੀਆਂ ਨੂੰ ਪੁਣਛਾਣ ਕਰਨੀ ਚਾਹੀਦੀ ਆ ਭਾਰਤ ਵਿੱਚ ਕ੍ਰਾਈਮ ਕਰਨ ਵਾਲੇ ਹਰ ਵਾਰੀ ਕੋਈ ਨਾ ਕੋਈ ਨਵੇਂ ਤੋਂ ਨਵਾਂ ਦਾ ਲੱਭਦੇ ਆ ਉੰਜ ਵੀ ਉਹ ਬਾਬੇ ਕਹਿੰਦੇ ਹੁੰਦੇ ਸੀ ਚੋਰਾਂ ਦੇ ਕਿਹੜੇ ਹੜ ਵਗਦੇ ਆ ਉਹਨਾਂ ਠੱਗੀਆਂ ਠੋਰੀਆਂ ਦੇ ਵਿੱਚੋਂ ਹੀ ਖਾਣਾ ਤੇ ਜੇ ਉਹਨਾਂ ਠੱਗੀਆਂ ਮਾਰਨ ਨੂੰ ਹਟਨਾਨੀ ਤੇ ਸਾਡੀਆਂ ਸਾਈਬਰ ਕ੍ਰਾਈਮ ਫੜਨ ਵਾਲੀਆਂ ਏਜੰਸੀਆਂ ਨੂੰ ਥੋੜਾ ਤੇਜ਼ ਹੋਣਾ ਪਊਗਾ ਬਿਲਕੁਲ ਪੰਨ ਸਰ ਸਖਤਾਈ ਕਰਨ ਦੀ ਜ਼ਰੂਰਤ ਹੈ ਤੁਸੀਂ ਹਰ ਰੋਜ਼ ਜਿਹ ਤਰ੍ਹਾਂ ਆਏ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਜੀ ਐਸਐਨ ਸੀਨੀਅਰ ਪੱਤਰਕਾਰ ਦਿਤੇਂਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸੰਬਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਤੇ ਤਰਫ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ